ਓਏ ਚਾਂਦ, ਓਏ ਬੂਟਾ ਮੇਰਾ ਨਾਮ ਹੀ, ਤੈਨੂੰ ਪਤਾ ਮੈਂ ਸਾਹੀਵਾਲ ਨੂੰ ਆਇਆ। ਓਏ ਕਿੱਡਾ ਸੋਹਣਾ ਮਾਹੌਲ ਏ, ਓਏ ਵੇਖ ਦਰਿਆ ਸੋਹਣਾ ਰੱਬ ਦਾ ਬਣਾਇਆ। ਓਏ ਓ ਜੀਓ ਮੈਂ ਠਰ ਜਾਵਾਂ, ਉਹ ਤੇਰੇ ਵਰਗਾ ਯਾਰ ਹੋਵੇ ਤਾਂ ਸਾਜੀ ਦੁਸ਼ਮਣਾਂ ਦੀ ਲੋੜ ਹੀ ਨਹੀਂ। ਉਹ ਦੁਸ਼ਮਣ ਨਹੀਂ, ਸੋਰੀ ਹੈ, ਆਹ ਤੂੰ ਮੇਰਾ ਵੀਰ ਹੈ। ਉਹ ਬਾਕੀ ਗੱਲਾਂ ਛੱਡ, ਓਏ ਅੱਜ ਤੂੰ ਮੈਨੂੰ ਕਸ਼ਤੀ ਤੇ ਝੂਠੇ ਦਵਾਏ ਹੈ, ਮੱਛੀ ਖਵਾਣੀ ਹੈ। ਉਹ ਕਿਧਰੇ ਵੇਖੀ ਜੇ ਤੂੰ ਪੈਸੇ ਲੈ ਕੇ ਆਇਆ, ਕੋਲੀ ਚੈੱਕ ਕਰ, ਜਲਦੀ ਕਰ, ਇਹ ਨਾ ਹੋਵੇ ਆਪਾਂ ਨੂੰ ਇੱਥੇ ਮੰਗਣਾ ਪੈ ਜਾਵੇ। ਬੂਟਿਆ ਪੈਸੇ ਟੈਨਸ਼ਨ ਨਹੀਂ ਲੈਣੀ, ਪੈਸੇ ਬੜੇ। ਮੈਂ ਇੱਕ ਸਹਰਾ ਜਲ ਰਹਾ ਹੈ, ਮੇਰੇ ਗੀਤੋ ਕੋ ਗੀਤੋ ਕਾ ਕਿਨਾਰਾ ਕੌਣ ਦੇਗਾ, ਮੇਰੀ ਆਖੋ ਕੋ ਆਖੋ ਕਾ ਕਿਨਾਰਾ ਕੌਣ ਦੇਗਾ। ਓਏ ਗੱਲ ਸੁਣ, ਇਹ ਆਵਾਜ਼ ਪਤਾ ਕੀ ਦੀ ਹੋ? ਓਏ ਵਾਸਤੇ ਮੈਨੂੰ ਨੁਸਰਤ ਫਤਿਹ ਅਲੀ ਦੀ ਲੱਗਣ ਦੀ ਹੈ। ਓਏ ਬੰਦਾ ਲੱਭ ਕਿੱਥੇ ਆ? ਓਏ ਉਹਨੂੰ ਭਾਵੇਂ ਮੱਛੀ ਖਵਾਲੀ ਪਾ ਜਾਵੇ, ਓ ਖਵਾ ਤੇ ਜਲਦੀ ਕਰ, ਚਾਲ ਲਗਾ ਲੱਗ। ਜ਼ੁਲਫ ਮਾਹੀ ਦੇ ਪੇਚ ਅਨੋਖੇ, ਨੀ ਮੈਂ ਪੀਚ ਗਈ ਵਿੱਚ ਪੇਚਾਂ, ਪੇਚਾਂ ਦੇ ਵਿੱਚ ਐਸੀ ਪੀਚੀ, ਮੈਨੂੰ ਹੇਚ ਸਮਝ ਲਿਆ ਹੇਚਾਂ। ਸੱਸੀ ਵਾਂਗੂ ਸਿੱਕਦੀਆਂ ਵੇਖਾਂ ਖਾਨ ਪੁਨਨ ਦੀਆਂ ਕੇਚਾਂ, ਸਰਦਾਰ ਜੇ ਯਾਰ ਵਕੇਂਦਾ ਲੱਭੇ, ਜਿੰਦ ਹੋ ਕੇ ਦੇ ਦੇਵੇਚਾਂ। ਗੁਲਾਬ ਦੇ ਫੁੱਲ ਲੈ ਲਾ, ਓਏ ਅੱਲਾ ਜੇ ਤੌਫੀਕ ਦੇਵੇ, ਉਹ ਮੈਂ ਸੱਜਣਾ ਨੂੰ ਮੁੱਲ ਲੈ ਲਾ। ਐਸੀ ਲੱਗ ਗਈ ਇਸ਼ਕ ਬੇਮਾਰੀ ਯਾਰ ਦੇ ਪਿੱਛੇ ਰੁਲ ਗਿਆ, ਐਸੀ ਲੱਗ ਗਈ ਇਸ਼ਕ ਬੇਮਾਰੀ ਯਾਰ ਦੇ ਪਿੱਛੇ ਰੁਲ ਗਿਆ। ਉਹਤੇ ਮੈਨੂੰ ਮਿਲਦਾ ਨਹੀਂ, ਉਹਤੇ ਮੈਨੂੰ ਮਿਲਦਾ ਨਹੀਂ, ਅਸੀਂ ਮਰਨ ਤੇ ਐਵੇਂ ਤੁਲ ਗਿਆ। ਐਸੀ ਲੱਗ ਗਈ ਇਸ਼ਕ ਬੇਮਾਰੀ ਯਾਰ ਦੇ ਪਿੱਛੇ ਰੁਲ ਗਿਆ, ਐਸੀ ਲੱਗ ਗਈ ਇਸ਼ਕ ਬੇਮਾਰੀ ਯਾਰ ਦੇ ਪਿੱਛੇ ਰੁਲ ਗਿਆ। ਫਰਮੈਸ਼ੀ ਮਾਰੀਆ, ਨਿਆਜ਼ੀ ਖਾਨ ਸਾਹਿਬ ਦੇ ਨਾਮ ਮੈਂ ਮਨਸੂਬ ਕਰ ਰਿਹਾ ਵਾ, ਜ਼ਰਾ ਕਾਬਲੇ ਗੌਰ। ਸਾਹੀਵਾਲ ਨੂੰ ਰਾਜਾਂ ਦਾ ਤੇ ਜੇ ਉਹਨੂੰ ਪਿਆਰ ਹੁੰਦਾ, ਮੈਨੂੰ ਛੱਡ ਕੇ ਨਾ ਜਾਂਦਾ। ਰੋਜ਼ ਰੋਜ਼ ਦੀਆਂ ਨਵੀਆਂ ਸੋਚਾਂ ਮੈਨੂੰ ਮਾਰ ਮੁਕਾਇਆ ਏ, ਉਹਦੇ ਦਿਲ ਦੀ ਆਇਓ ਜਾਣੇ ਅਸੀਂ ਆਪਣਾ ਆਪ ਗਵਾਇਆ ਏ, ਉਹਦੇ ਦਿਲ ਦੀਆਂ ਉਹ ਜਾਣੇ ਅਸੀਂ ਆਪਣਾ ਆਪ ਗਵਾਇਆ ਏ। ਤੇਰੇ ਇਸ਼ਕ ਨੇ ਰੋਲਿਆ ਨਾ, ਤੇਰੇ ਇਸ਼ਕ ਨੇ ਰੋਲਿਆ ਨਾ, ਲੱਖਾਂ ਵਾਂਗੂ ਰੁਲ ਗਿਆ। ਐਸੀ ਲੱਗ ਗਈ ਇਸ਼ਕ ਬੇਮਾਰੀ ਯਾਰ ਦੇ ਪਿੱਛੇ ਰੁਲ ਗਿਆ, ਐਸੀ ਲੱਗ ਗਈ ਇਸ਼ਕ ਬੇਮਾਰੀ ਯਾਰ ਦੇ ਪਿੱਛੇ ਰੁਲ ਗਿਆ।
ਤੁਸੀਂ ਤੇ ਕਮਾਲ ਕਰ ਦਿੱਤਾ ਹੋਏ, ਅਸੀਂ ਤਾਂ ਤੁਹਾਡੇ ਫੈਨ ਹੋ ਗਏ ਆ, ਹੋਏ ਅਸੀਂ ਤਾਂ ਨੱਚ ਨੱਚ ਕੇ ਫੈਨ ਹੋ ਗਏ ਆ। ਹੋਏ ਜਨਾਬ, ਹੋਏ ਜਨਾਬ, ਕਿਉਂ ਅਸੀਂ ਜਾਂਦੇ ਹੋ? ਮੈਂ ਸਾਹੀਵਾਲ ਆਇਆ ਤੇ ਤੁਸੀਂ ਸਾਹੀਵਾਲ ਦਾ ਇਨਾਮ ਲੈ ਲਿਆ ਤੇ ਕਿਕਤ ਗੱਲ ਹੈ, ਮੈਂ ਤੁਹਾਡਾ ਗਾਣਾ ਸੁਣਨ ਵਾਸਤੇ ਬਹਿ ਗਿਆ। ਜਨਾਬ ਤੁਸੀਂ ਸਾਹੀਵਾਲ ਜੇਲ ਚੋਂ ਆਏ ਜੋ? ਭਾਜੀ ਕਿਹਨਾਂ ਦੀ ਗੱਲ ਕਰ ਰਹੇ ਹੋ? ਉਹ ਭਾਜੀ ਸਾਡਾ ਮਜ਼ਾਕ ਉਡਾ ਰਹੇ ਹੋ ਤੁਸੀਂ? ਤੁਹਾਨੂੰ ਪਤਾ ਭਾਜੀ, ਗੱਲ ਸੁਣ ਲਓ। ਦੱਸੋ ਭਾਜੀ, ਲੋਕੀ ਮੈਚ ਵੇਖਣ ਦੇ ਨੇ, ਲੋਕੀ ਕੀ ਕੁਛ ਵੇਖਣ ਦੇ ਨੇ, ਉਹ ਅਸੀਂ ਮੈਚ ਛੱਡ ਕੇ ਭਾਜੀ ਤੁਹਾਡੇ ਕੋਲ ਆ ਗਏ ਆ। ਓਏ ਅਸੀਂ ਜਦੋਂ ਦਰਿਆ ਦੇ ਕਿਨਾਰੇ ਲੰਘ ਰਿਹਾ, ਉਹ ਭਾਜੀ ਤੁਹਾਡੀ ਆਵਾਜ਼ ਸੁਣੀ ਹੈ, ਓਏ ਆਵਾਜ਼ ਦਿਲੋਂ ਪਾਰ ਕਰ ਗਈ ਹੈ। ਹੁਣ ਪਤਾ ਕੀ ਹੈ? ਓਏ ਇੱਕ ਦੁਖੀ ਗਾਣਾ ਸੁਣਾਓ ਕਿ ਸਾਡੇ ਦਿਲ ਦਾ ਦਰਦ ਵੰਡ ਲਓ ਸਾਡੇ ਨਾਲ ਜਨਾਬ, ਤੇ ਸਿਰਫ ਇੱਕ ਮਿੰਟ ਸਾਨੂੰ ਦੇ ਦਿਓ, ਸੁਣਾ ਦਿਓ। ਕੀ ਦੇ ਦੇ? ਉਹ ਭਾਜੀ ਮੈਂ ਇੱਕ ਢੋਲਕੀ ਨਹੀਂ ਤੁਹਾਡੇ ਕੋਲ ਮੰਗਣ ਡਿਆ, ਮੈਂ ਤੁਹਾਨੂੰ ਕਹਿ ਰਿਹਾ ਇੱਕ ਗਾਣਾ ਸੁਣਾ ਦਿਓ। ਗਾਣਾ ਸੁਣਾ ਦੇਣੇ ਆ ਜੀ, ਕਿਹਦਾ ਸ਼ੌਕ ਨਾਲ ਸੁਣਦੇ ਜੀ? ਇਹ ਪੰਜਾਬੀ ਦਾ ਸ਼ੌਕ ਹੈ ਸਾਨੂੰ ਬੜਾ, ਤੇ ਪੰਜਾਬੀ ਚ ਕੋਈ ਸੁਣਾਓ ਤੇ ਦਿਲ ਦੀਆਂ ਧੜਕਣਾਂ ਤੇਜ਼ ਹੋ ਜਾਵਣ ਜਨਾਬ, ਲੋਕਾਂ ਨੂੰ ਪਤਾ ਲੱਗੇ ਉਹ ਅਸੀਂ ਬਸੀਰਪੁਰ ਚ ਆਏ ਹਾਂ। ਤੇ ਇੱਕ ਵਾਜਾ ਵਜਾਓ, ਵਾਜਾ ਸੁਣੀ ਭਾਜੀ, ਢੋਲਕੀ ਵਜਾਉਣ ਵਾਲਾ ਬੰਦਾ ਲੱਭਿਆ ਤੇ ਬੜਾ ਸੋਹਣੀ ਆਵਾਜ਼ ਆਉਂਦੀ, ਸੁਣਾ ਦਿਓ ਹੁਣ ਕਿਉਂ ਤਰਸਾਈ ਜਾਂਦੇ ਹੋ? ਸੁਣਾ ਦਿੰਦੇ। ਕਿਹੜਾ ਗਾਣਾ ਸੁਣਨਾ ਚਾਹੁੰਦੇ ਹੋ? ਓਏ ਭਾਜੀ ਤੁਸੀਂ ਜਿੱਦਾਂ ਦਾ ਮਰਜ਼ੀ ਸੁਣਾ ਦਿਓ, ਸੁਣਾਓ ਤੁਸੀਂ। ਗੀਤ ਤੁਹਾਡੀ ਪੇਸ਼ੇ ਖਿਦਮਤ ਹੈ। ਮਾਈਆ ਚੋਰੀ ਮਿਲਿਆ ਕਰ, ਬਦਨਾਮ ਨਾ ਹੋ ਜਾਵੇ, ਨਿਲਾਮ ਨਾ ਹੋ ਜਾਵੇ। ਤੇਡੇ ਹੋਟ ਗੁਲਾਬ ਦੇ ਫੁੱਲ ਵਾਂਗੂ, ਤੇਡੇ ਨੈਣ ਸ਼ਰਾਬ ਦੇ ਜਾਮਿਨ, ਤੇਡੇ ਅਬਰੂ ਤੀਰ ਤੂੰ ਘਟ ਕੋਈ ਨਾ, ਰੁਖ ਸਾਰ ਤੇਡੇ ਗੁਲਫਾਮਿਨ। ਤੇਡੇ ਹੁਸਨ ਜਮਾਲ ਦੇ ਚਨ ਮਾਹੀ, ਜਾ ਜਾ ਤੇ ਚਰਚੇ ਆਮਿਨ। ਇੱਕ ਮੈਂ ਨਿਆਜ਼ੀ ਇੱਥੇ ਕਈ ਸ਼ੋਹਦੇ, ਤੇਰੇ ਪਿਆਰ ਚ ਥੇ ਕਤਲਾਮਿਨ। ਕਮਾਲ ਜਨਾਬ, ਕਮਾਲ, ਬਹੁਤ ਸ਼ੁਕਰੀਆ। ਉੱਡੇ ਪੰਛੀ ਫਜਰਾਂ ਤੋਂ, ਬਦਨਾਮ ਨਾ ਹੋ ਜਾਵੇ, ਬਚ ਲੋਕਾਂ ਦੀਆਂ ਨਜ਼ਰਾਂ ਤੋਂ। ਮਾਈਆ ਚੋਰੀ ਮਿਲਿਆ ਕਰ, ਬਦਨਾਮ ਨਾ ਹੋ ਜਾਵੇ, ਮਾਈਆ ਚੋਰੀ ਮਿਲਿਆ ਕਰ, ਬਦਨਾਮ ਨਾ ਹੋ ਜਾਵੇ। ਏ ਇਸ਼ਕ ਬਜ਼ਾਰੀ ਏ, ਏ ਇਸ਼ਕ ਬਜ਼ਾਰੀ ਏ, ਨੀਲਾਮ ਨਾ ਹੋ ਜਾਵੇ, ਮਾਈਆ ਚੋਰੀ ਮਿਲਿਆ ਕਰ, ਬਦਨਾਮ ਨਾ ਹੋ ਜਾਵੇ, ਮਾਈਆ ਚੋਰੀ ਮਿਲਿਆ ਕਰ, ਬਦਨਾਮ ਨਾ ਹੋ ਜਾਵੇ। ਏ ਇਸ਼ਕ ਬਜ਼ਾਰੀ ਏ, ਏ ਇਸ਼ਕ ਬਜ਼ਾਰੀ ਏ, ਨੀਲਾਮ ਨਾ ਹੋ ਜਾਵੇ, ਮਾਈਆ ਚੋਰੀ ਮਿਲਿਆ ਕਰ, ਬਦਨਾਮ ਨਾ ਹੋ ਜਾਵੇ। ਢੋਲਾ ਚੋਰੀ ਮਿਲਿਆ ਕਰ, ਬਦਨਾਮ ਨਾ ਹੋ ਜਾਵੇ। ਅੱਜ ਨਵੀਆਂ ਸੋਚਾਂ ਨੇ
ਹਕੀਕਤ ਪੁੱਛਣਾ ਏ ਲੋਕਾਂ ਨੇ। ਅੱਜ ਨਵੀਆਂ ਸੋਚਾਂ ਨੇ ਮੈਂ ਤਾਂ ਪੁੱਛਣਾ ਏ ਲੋਕਾਂ ਨੇ, ਠੋਲਾ ਨਵੇਂ ਮਨਸੂਬੇ ਵਿੱਚ ਨਾਕਾਮ ਨਾ ਹੋ ਜਾਵੇ, ਠੋਲਾ ਨਵੇਂ ਮਨਸੂਬੇ ਵਿੱਚ ਨਾਕਾਮ ਨਾ ਹੋ ਜਾਵੇ। ਇਹ ਇਸ਼ਕ ਬਾਜ਼ਾਰੀ ਏ, ਇਹ ਇਸ਼ਕ ਬਾਜ਼ਾਰੀ ਏ, ਨੀਲਾਮ ਨਾ ਹੋ ਜਾਵੇ, ਮੈਂ ਚੋਰੀ ਮਿਲਿਆ ਕਰ ਬਦਨਾਮ ਨਾ ਹੋ ਜਾਵੇ, ਠੋਲਾ ਚੋਰੀ ਮਿਲਿਆ ਕਰ ਬਦਨਾਮ ਨਾ ਹੋ ਜਾਵੇ। ਜਨਾਬ ਬੜਾ ਸੋਹਣਾ ਲੱਗਿਆ ਤੁਹਾਡਾ ਗਾਣਾ ਮਾਸ਼ਾਅੱਲਾ। ਹੁਣ ਸਾਨੂੰ ਇਹ ਵੀ ਦੱਸੋ ਤੁਸੀਂ ਸ਼ਾਗਿਰਦ ਕਿਹਦੇ ਜੇ? ਮੈਂ ਸ਼ਾਗਿਰਦ ਜੀ ਸਿਧਾਰਥੀ ਵਾਰਡ ਯਾਫਤਾ ਐਂਡ ਟੀਵੀ ਸਟੇਜ ਸਿੰਗਰ ਉਸਤਾਦ ਅੱਲਾ ਦਿੱਤਾ ਲੂਣੇ ਵਾਲਾ। ਕਮਾਲ ਕਰਤਾ ਤੁਸੀਂ, ਅੱਲਾ ਦਿੱਤੇ ਲੂਣੇ ਵਾਲੇ ਦੇ ਸ਼ਾਗਿਰਦ ਜੇ? ਜੀ ਹਾਂ, ਓਏ ਅਸੀਂ ਤੇ ਅੱਜ ਸ਼ਾਗਿਰਦ ਨੂੰ ਮਿਲ ਲਿਆ। ਓ ਜੀਓ ਬੂਟਿਆ, ਓ ਬੂਟਿਆ ਤੇਰੀ ਸੋਚ ਕਿੱਡੀ ਕਿ ਤੈਨੂੰ ਕੀ ਪਤਾ ਸੀ ਕਿ ਅੱਜ ਤੈਨੂੰ ਕਿਹੜੀ ਹਸਤੀ ਲੱਭ ਜਾਣੀ ਹੈ। ਓਏ ਜਨਾਬ ਬੜਾ ਮਜ਼ਾ ਆਇਆ ਤੁਹਾਡੇ ਨਾਲ ਮਿਲ ਕੇ, ਬਹੁਤ ਸ਼ੁਕਰੀਆ। ਓਏ ਆਪਦੀ ਤਸਵੀਰ ਸਾਡੇ ਨਾਲ ਖਿਚਾ ਲਓ ਭਾਜੀ, ਮਿਹਰਬਾਨੀ ਹੈ। ਖਿੱਚ ਲਓ ਜੀ, ਖਿੱਚ ਲਓ, ਖਿੱਚਾ ਪਾੜੀ ਤਸਵੀਰ ਜ਼ਰਾ, ਆ ਭਾਜੀ ਖਿੱਚਣਾ ਜ਼ਰਾ, ਤਸਵੀਰ ਹੀ ਖਿੱਚਾ ਜੋ ਕੱਪੜੇ ਦਾ ਖਿੱਚ ਲਵਾ ਭਾਜੀ। ਆਹੋ ਭਾਜੀ ਤਸਵੀਰ ਤਾਂ ਕਹਿ ਰਿਹਾ, ਤੁਹਾਨੂੰ ਕਹਿ ਰਿਹਾ ਭਾਜੀ ਖਿੱਚਣਾ ਜ਼ਰਾ ਤਸਵੀਰ। ਆ ਮਿਹਰਬਾਨੀ ਭਾਜੀ, ਕਮਾਲ ਕਰਤਾ ਹੈ। ਓਏ ਅੱਜ ਮੈਂ ਜਾ ਕੇ ਸਾਹੀਵਾਲ ਚ ਵਿਖਾਵਾਂਗਾ, ਉਹ ਮੈਂ ਉਸਤਾਦ ਅੱਲਾ ਦਿੱਤੇ ਲੂਣੇ ਵਾਲੇ ਦੇ ਸ਼ਾਗਿਰਦ ਨੂੰ ਮਿਲ ਕੇ ਆਇਆ, ਉਹ ਨਾਲੇ ਉਹਦੀ ਆਵਾਜ਼ ਸੁਣ ਕੇ ਆਇਆ। ਓਏ ਸਾਰੀ ਦੁਨੀਆਂ ਨੂੰ ਮੈਂ ਸੁਣਾਉਣੀ ਹੈ ਆਵਾਜ਼ ਜਨਾਬ, ਇਹ ਵੇਖੋ ਪੂਰੇ ਸਾਹੀਵਾਲ ਚ ਮੈਂ ਇਹਨੂੰ ਮਸ਼ਹੂਰ ਕਰਨਾ ਜੀ। ਓਏ ਅੱਛਾ, ਹੁਣ ਸਾਨੂੰ ਸਲਾਮਾ ਲੈਕਮ ਤੇ ਆਪਣਾ ਮੋਬਾਈਲ ਨੰਬਰ ਹੀ ਦੇ ਦਿਓ ਭਾਜੀ। ਮੋਬਾਈਲ ਨੰਬਰ? ਹਾਂਜੀ, ਮੇਰੇ ਦਿਮਾਗ ਵਿੱਚ ਜਨਾਬ। ਉਹ ਤੁਹਾਡੇ ਦਿਮਾਗ 'ਚ, ਪਰ ਸਾਡੇ ਦਿਮਾਗ 'ਚ ਤਾਂ ਨਹੀਂ ਨਾ ਹੈਗਾ। ਤੁਸੀਂ ਮੋਬਾਈਲ ਤਾਂ ਨਾ ਕੱਢੋ ਜੇ ਵਿੱਚੋਂ ਭਾਜੀ। ਮੈਂ ਜਨਾਬ ਮੋਬਾਈਲ ਦੇ ਨਾਲ ਹੋਰ ਸਹੀਆ ਵੀ ਹੈਗੀ ਵਾਲੇ ਭਾਜੀ। ਮੈਂ ਤੁਹਾਨੂੰ ਮੋਬਾਈਲ ਹੀ ਮੰਗਿਆ, ਤੁਹਾਡੇ ਕੋਲ ਪੈਸੇ ਤਾਂ ਨਹੀਂ ਕੱਢਦਾ ਪਿਆ ਮੈਂ ਭਾਜੀ। ਤੁਹਾਨੂੰ ਇਸ ਟਾਈਮ ਉਸੇ ਦੀ ਜ਼ਰੂਰਤ ਅਸਲ ਪੈਸਿਆਂ ਦੀ ਨਹੀਂ ਭਾਜੀ, ਮੈਂ ਕਿ ਚੋਰੀ ਕਰਨ ਆਇਆ ਭਾਜੀ। ਆਹ ਜੇਬ 'ਚ ਹੱਥ ਮਾਰ ਰਹੇ ਹੋ? ਨਹੀਂ ਭਾਜੀ, ਮੈਂ ਜੇਬ 'ਚ ਹੱਥ ਨਹੀਂ ਮਾਰਨ ਡਿਆ ਭਾਜੀ। ਗੱਲ ਸੁਣ ਲਓ ਇੱਕ ਵਾਰੀ, ਤੁਸੀਂ ਤੇ ਹੱਸ ਹੱਸ ਕੇ ਸਾਡੇ ਮਜ਼ਾਕ ਉਡਾ ਰਹੇ ਜੀ। ਦੱਸੋ ਭਾਜੀ, ਇਹ ਤੁਸੀਂ ਐਨਕ ਲਾ ਕੇ ਗੱਲ ਕਰ ਲਓ ਕਿ ਲੈਂਦ ਪਵਾਏ ਨੇ? ਨਹੀਂ ਭਾਜੀ, ਅੱਖ 'ਚ ਦਰਦ ਹੁੰਦੀ ਸੀ ਤਾਂ ਪਵਾਏ ਸੀ। ਅੱਛਾ, ਮੇਰੀ ਗੱਲ ਸੁਣ ਲਓ ਭਾਜੀ। ਇਹ ਭਾਜੀ ਮੈਂ ਐਨਕ ਲਾਨਾ, ਮਾਸ਼ਾਅੱਲਾ। ਆ ਤੁਸੀਂ ਅੰਜ ਹੱਥ ਬੰਨ ਲਓ, ਲਓ ਜਨਾਬ ਬੰਨੇ ਗਿਆ, ਇਹ ਹੱਥ ਬੰਨ ਲੈ ਤੁਸੀਂ, ਬੰਨ ਲੈ। ਹੁਣ ਭਾਜੀ ਮੈਨੂੰ ਮੋਬਾਈਲ ਦਾ ਨੰਬਰ ਹੀ ਦੇ ਦਿਓ, ਤੁਹਾਡੀ ਮੇਰ। ਮੈਂ ਜਨਾਬ ਤੁਹਾਨੂੰ ਦੱਸ ਰਿਹਾ, ਤੁਸੀਂ ਮੈਂ ਆਪ ਨੰਬਰ ਦੋਂ ਦੇਣਾ ਸਰ, ਮੈਂ ਕੱਢ ਲੈਣਾ 0304 ਲਿਖ ਨੰਬਰ। ਚਲੋ ਆਪਣਾ ਮੋਬਾਈਲ ਦੋਂ ਦੇ ਚ ਲਿਖ ਲੈਣਾ ਫਿਰ ਭਾਜੀ, ਫੇਰ ਸਾਡਾ। ਓ ਭਾਈ ਜੀ ਨਹੀਂ ਇਹ ਜੀ ਕਰਨਾ ਨਾ। ਓ ਭਾਜੀ ਤੁਹਾਡੇ ਮੋਬਾਈਲ ਤੇ ਨਹੀਂ, ਮੇਰਾ ਨੰਬਰ ਖਰਾਬ ਹੋ ਜਾਏਗਾ। ਓ ਨਹੀਂ ਭਾਜੀ, ਮੈਂ ਸਹੀ ਕਰਾ ਦਿਆਂ। ਓ ਭਾਜੀ ਨਹੀਂ, ਨੰਬਰ ਖਰਾਬ ਹੋ ਜਾਏਗਾ ਭਾਜੀ, ਤੁਹਾਨੂੰ ਰੱਬ ਦਾ ਨਾਮ। ਭਾਈ ਨਹੀਂ, ਮੈਂ ਅੱਗੇ ਬੜਾ ਔਖਾ ਨੰਬਰ ਆਦਾ ਰਿਪਲੇਸ ਕਰਵਾਇਆ। ਓ ਭਾਜੀ ਅਸੀਂ ਤੁਹਾਨੂੰ ਚੋਰ ਲੱਗਦੇ ਆ ਤੁਸੀਂ? ਹਾਂਜੀ ਭਾਜੀ, ਇਹ ਤਾਂ ਬੇਇੱਜ਼ਤੀ ਕਰਨ ਦੇ ਆਪਣੀ ਬਾਬਾ ਚਲੀਏ। ਬੇਇੱਜ਼ਤੀ ਨਹੀਂ, ਮੈਂ ਹਕੀਕਤ ਬਿਆਨ ਕਰ ਰਿਹਾ। ਓ ਭਾਜੀ ਅਸੀਂ ਸਾਈ ਵੱਲੋਂ ਆਏ, ਤੁਸੀਂ ਸਾਨੂੰ ਚੋਰ ਕਹਿੰਦੇ ਜੀ? ਓਏ ਬੂਟਾ, ਮੇਰਾ ਨਾਮ ਹੈ, ਟੀਵੀ 'ਚ ਕੰਮ ਕਰਦਾ, ਫਨੀ ਕਲਿੱਪਾਂ 'ਚ। ਉੱਤੇ ਭਾਈ ਜੇਲ੍ਹ ਵਿੱਚੋਂ ਜਿਹੜਾ ਬੰਦਾ ਆਇਆ ਹੋਵੇ ਉਹ ਅੱਜ ਹੀ ਹੁੰਦਾ। ਓ ਮੈਂ ਜੇਲ੍ਹ ਕਦੀ ਜ਼ਿੰਦਗੀ 'ਚ ਨਹੀਂ ਵੇਖੀ। ਤਾਂ ਸਾਹੀਵਾਲ ਦਾ ਦੱਸੀ ਜਾਂਦੇ ਜੀ, ਤੇ ਸਾਹੀਵਾਲ ਜੇਲ੍ਹ ਤੁਸੀਂ ਦੱਸਣ ਦੇ ਜੇ, ਮੈਂ ਤਾਂ ਸਾਹੀਵਾਲ ਸ਼ਹਿਰ ਦਾ ਨਾਮ ਲੈ ਰਿਹਾ। ਤੇ ਤੁਸੀਂ ਇਹੀ ਦੱਸੋ ਨਾ, ਤੇ ਮੈਂ ਥੋੜੀ ਕਹਿ ਕੇ ਸਾਹੀਵਾਲ ਜੇਲ੍ਹ 'ਚ ਆਇਆ ਕਿਉਂ? ਅੱਛਾ ਭਾਈ ਜਾਨ, ਆਈ ਐਮ ਸੋ ਸੌਰੀ। ਓਏ ਉਹ ਕੀ ਹੁੰਦਾ? ਆਈ ਐਮ ਸੋ ਸੌਰੀ। ਓਏ ਭਾਜੀ ਉਹ ਕਿਧਰ ਖਾਈ ਦੀਏ? ਮੈਂ ਆਦੇ ਲਫਾਤ ਵਾਪਸ ਲੈਣਾ। ਅੱਛਾ ਤੁਸੀਂ ਕਹਿੰਦੇ ਹੋ ਕਿ ਆਈ ਐਮ, ਤੁਸੀਂ ਸਾਨੂੰ ਰੋਟੀ ਖਵਾਉਣਗੇ? ਚੁੱਪ ਕਰ ਜਾ, ਬਾਸ ਆਵੇ ਤੇਰੀ, ਚੁੱਪ ਕਰ। ਰੋਟੀ ਖਵਾਵਾਂਗੇ, ਰਲ ਕੇ ਮੰਗਾਂਗੇ, ਜਿਹੜੀ ਕੱਟੀ ਹੋਈ ਖਾ ਲਾਂਗੇ ਭਾਜੀ।
ਐ ਤੇ ਕਹੇ ਸੀ ਕਿ ਅਸੀਂ ਮੰਗਣ ਵਾਲੇ ਤੇ ਆਪਣੇ ਲਾਲ ਰਲ ਗਿਆ ਜੀ ਉਸਤਾਦ, ਚੱਲ ਕਮਾਲ ਹੋ ਗਿਆ। ਚਲੋ ਜਨਾਬ ਠੀਕ ਹੈ, ਦੱਸੋ ਤੁਸੀਂ ਨਾ ਹੁਣ ਅਗਲੀ ਵਾਰੀ ਜਿਹੜਾ ਨੇ ਕੱਪੜੇ ਬਦਲ ਕੇ ਆਣਾ। ਅੱਛਾ ਠੀਕ ਹੈ ਜੀ, ਤੇ ਝੋਲੀ ਵੱਡੀ ਲਿਆਣਾ ਮੰਗਣਾ। ਠੀਕ ਹੈ, ਠੀਕ ਹੈ ਜੀ। ਕੋਲਾ ਛੋਲਾ ਨਾ ਲਿਆਣਾ, ਪੁਰਾਣਾ ਦੌਰ ਮੁੱਕ ਗਿਆ। ਨਹੀਂ ਕਾਸਾ ਹੈਗਾ ਮੇਰੇ ਕੋਲ। ਅੱਛੀ ਚੰਗਾ ਜਨਾਬ, ਹੁਣ ਕੱਲ ਮੁਲਾਕਾਤ ਹੋਏਗੀ ਕਿੱਥੇ ਤੇ ਫਿਰ ਤੁਹਾਨੂੰ ਦੁਬਾਰਾ ਆਵਾਜ਼ਾਂ ਸੁਣਾਂਗੇ ਤੁਹਾਡਾ। ਫਿਰ ਜੀ ਸੌ ਬਿਸਮਿਲਾ ਜੀ, ਸੌ ਬਿਸਮਿਲਾ। ਹੁਣ ਜਾਓ, ਮੇਰੀ ਚੁੰਡ ਛੱਡੋ ਭਾਜੀ। ਫਿਰ ਚੁੰਡ ਛੁਡਾ ਰਹੇ ਹੋ, ਪਰ ਇੱਦਾਂ ਅਸੀਂ ਤੁਹਾਡੀ ਚੁੰਡ। ਅੱਛਾ ਯਾਰ, ਹਾਲੇ ਮੈਂ ਮੱਛੀਆਂ ਨੂੰ ਵੀ ਕੋਈ ਸੁਣਾਣਾ ਹੈ। ਕੀ ਸੁਣਾਣਾ, ਕਿੱਧਰ ਗਿਆ? ਕੋਈ ਸ਼ਾਇਦ ਤਾਂ ਸੁਣਾ ਸਕੇ ਕਿ ਮੱਛੀ ਵੇਚ ਕੇ ਤੇ ਨਹੀਂ ਲਿਆਣੀ ਜੇ। ਕੁਛ ਤਾਂ ਕਰ ਸਕਦੇ, ਗਰੀਬਾਂ ਨੂੰ ਮੱਛੀ ਲੈ ਕੇ ਕਿਧਰੇ ਖਾਣਾ ਨਹੀਂ ਤੇ ਸੁਣਾਉ ਜੇ। ਭਾਈ ਯਾਰ ਕੁਝ ਤਾਂ ਕਰਾਂਗੇ, ਹੁਣ ਦੱਸੋ ਤਾਂ ਸ਼ਹਿ ਕੋਣੇ ਲੱਭਣੀ, ਤੁਸੀਂ ਤਾਂ ਮੇਰੀਆਂ ਜੇਬਾਂ ਫਰੋਲਦੇ ਹੋ। ਭਾਜੀ ਗੱਲ ਸੁਣ ਲਓ ਮੇਰੀ, ਭਾਜੀ ਤੁਸੀਂ ਤਾਂ ਹੱਸ ਹੱਸ ਕੇ ਮੇਰਾ ਡਰਾਮਾ ਉਡਾਈ ਜਾਣ ਡੇ ਜੇ। ਪਹਿਲੀ ਵਾਰੀ ਵੇਖਿਆ ਜੇ ਹੋ ਜਾ, ਪਹਿਲੀ ਵਾਰੀ ਵੇਖਿਆ ਤਾਂ ਬਾਬੂ। ਹਾਂਜੀ ਚੱਲ ਉੱਠ ਪਿਆ, ਅਗਾ ਲੱਗ, ਤੂੰ ਜਲੇਲ ਕਰਾਇਆ ਜਿੱਥੇ ਵੀ ਕਰਾਇਆ ਮੈਨੂੰ, ਅਗਾ ਲੱਗ। ਕਿਆ ਮਾਰਨਾ, ਕੋਈ ਨਾ ਕੋਈ ਮੁਸੀਬਤ ਹੀ ਆ ਚਮੜਦੀ।